ਵੈਲਕਮ ਬੈਕ ਟੂ ਇਹਨਾਂ ਦਾ ਵਲੋਗ। ਅੱਜ ਇਹਨਾਂ ਦੋਨਾਂ ਨੇ ਕਰ ਲਈ ਮੈਚਿੰਗ ਮੈਚਿੰਗ। ਆਪਾਂ ਜਾਣਾ ਸੀ ਗੁਰੂ ਘਰ, ਪਰ ਇਹਨਾਂ ਨੂੰ ਹਟਦੀਆਂ ਨਹੀਂ ਹੁੰਦੀਆਂ, ਕਿਤੇ ਵੀ ਸ਼ੁਰੂ ਹੋ ਜਾਂਦੀਆਂ। ਸੋ ਇੱਧਰ ਹੀ ਖੇਡਣ ਲੱਗ ਗਿਆ। ਸੋ ਫਿਰ ਅਸੀਸ ਨੂੰ ਆਇਆ ਗੁੱਸਾ ਅਤੇ ਭੱਜ ਗਈ ਹਰਸ਼ ਦੇ ਪਿੱਛੇ, ਦੋਨੋਂ ਫੇਲ ਲੜ ਪਈਆਂ। ਇੱਧਰ ਜਾਂਦੇ ਜਾਂਦੇ ਅਸੀਸ ਨੂੰ ਗਲੈਰੀ ਦੀ ਕਿਤੇ, ਅਸੀਸ ਕਹਿੰਦੀ ਗਲੈਰੀ ਆ ਜਾ ਥੱਲੇ, ਉਹ ਕਹਿੰਦੀ ਨਹੀਂ ਨਹੀਂ ਉਹ ਇਹਦੇ ਤੋਂ ਡਰ ਗਈ। ਅਤੇ ਅਸੀਸ ਵੀ ਹਰਸ਼ ਨੂੰ ਕਹਿੰਦੀ ਚੱਕ, ਮੈਂ ਤਾਂ ਇਹਨੂੰ ਫੜਨਾ ਹੀ ਫੜਨਾ। ਫੜੀ ਫੁੜੀ ਤਾਂ ਇਹਨਾਂ ਕੋਲ ਗਈ ਨਹੀਂ, ਫਿਰ ਆਪਾਂ ਵੀ ਪਹੁੰਚ ਗਏ ਗੁਰੂ ਘਰ ਨਗਰ ਕੀਰਤਨ। ਐਤਵਾਰ ਨੂੰ ਇਸ ਕਰਕੇ ਗੁਰੂ ਘਰ ਦੇ ਵਿੱਚ ਸਜਾਵਟ ਹੋਈ ਸੀ, ਕੇਸਰੀ ਨਿਸ਼ਾਨ ਸਾਹਿਬ ਲਾਏ ਗਏ ਸੀਗੇ। ਅਤੇ ਆਹ ਜਿਹੜੀਆਂ ਤੁਸੀਂ ਸਟੋਲਾਂ ਦੇਖ ਰਹੇ ਹੋ ਨਗਰ ਕੀਰਤਨ ਦੇ ਕਾਰਨ ਸੀ, ਵੀ ਐਤਵਾਰ ਨੂੰ ਸਾਰੇ ਜ਼ਰੂਰ ਆਇਓ। ਫਿਰ ਇੱਧਰ ਅਸੀਸ ਪ੍ਰਸ਼ਾਦ ਲੈਂਦੀ ਪਈ ਸੀ ਬਾਬਾ ਜੀ ਤੋਂ ਬੈਠ ਕੇ। ਜਦੋਂ ਵੀ ਆਪਾਂ ਇੰਡੀਆ ਪੈਸਾ ਟ੍ਰਾਂਸਫਰ ਕਰਨਾ ਹੁੰਦਾ ਤਾਂ ਆਪਣੇ ਮਾਈਂਡ ਦੇ ਵਿੱਚ ਇਹ ਤਿੰਨ ਕੁਐਸਚਨ ਆਉਂਦੇ ਹੈਗੇ। ਸਭ ਤੋਂ ਪਹਿਲਾਂ ਕਿ ਅਸੀਂ ਕਿਹੜਾ ਮੈਥਡ ਯੂਜ਼ ਕਰ ਸਕਦੇ ਜਿਹੜਾ ਸੇਫ ਹੋਵੇ। ਨੰਬਰ 2 'ਤੇ ਕਿ ਸਾਨੂੰ ਹਾਈ ਐਕਸਚੇਂਜ ਰੇਟ ਕਿੱਥੇ ਮਿਲ ਸਕਦਾ। ਨੰਬਰ 3 ਕਿ ਸਾਨੂੰ ਟ੍ਰਾਂਸਫਰ ਫੀਸ ਕਿੱਥੇ ਘੱਟ ਲੱਗ ਸਕਦੀ ਆ। ਸੋ ਇਹਦਾ ਇੱਕੋ ਇੱਕ ਸੋਲਿਊਸ਼ਨ ਹੈਗਾ, ਪੇ ਪੈਨੀ ਐਪਲੀਕੇਸ਼ਨ। ਸੋ ਪੇ ਪੈਨੀ ਐਪਲੀਕੇਸ਼ਨ ਤੁਸੀਂ ਆਪਣੇ ਫੋਨ ਦੇ ਵਿੱਚ, ਚਾਹੇ ਤੁਹਾਡੇ ਕੋਲ ਆਈਫੋਨ ਆ ਚਾਹੇ ਐਂਡਰੋਇਡ ਆ, ਤੁਸੀਂ ਇਹਨੂੰ ਇੰਸਟਾਲ ਕਰ ਸਕਦੇ ਹੋ ਅਤੇ ਬੈਠੇ ਬੈਠੇ ਇੰਡੀਆ ਵਾਲੇ ਬੈਂਕ ਅਕਾਊਂਟ ਦੇ ਵਿੱਚ ਡਾਇਰੈਕਟ ਪੈਸਾ ਟ੍ਰਾਂਸਫਰ ਕਰ ਸਕਦੇ ਹੋ ਸੇਫ ਮੈਥਡ ਦੇ ਨਾਲ। ਸੋ ਪੇ ਪੈਨੀ ਦੇ ਵਿੱਚ ਤੁਹਾਨੂੰ ਹਾਈ ਐਕਸਚੇਂਜ ਰੇਟ ਮਿਲੂਗਾ ਐਜ਼ ਕੰਪੇਅਰ ਟੂ ਅਦਰ ਐਪਲੀਕੇਸ਼ਨ। ਨੰਬਰ 2 ਇਹਦੀ ਟ੍ਰਾਂਸਫਰ ਫੀਸ ਬਿਲਕੁਲ ਜ਼ੀਰੋ ਆ। ਸੋ ਤੁਸੀਂ ਕੋਈ ਵੀ ਟ੍ਰਾਂਸਫਰ ਫੀਸ ਨਹੀਂ ਦਿਓਗੇ, ਹੈ ਨਾ ਵਧੀਆ ਐਪਲੀਕੇਸ਼ਨ। ਸੋ ਜਦੋਂ ਵੀ ਤੁਸੀਂ ਪੇ ਪੈਨੀ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਤਾਂ ਮੇਰਾ ਰੈਫਰਲ ਕੋਡ ਯੂਜ਼ ਕਰਨਾ ਨਾ ਭੁੱਲਿਓ। ਸੋ ਤੁਸੀਂ ਸਾਰਿਆਂ ਨੇ ਵੀਡੀਓ ਵੀ ਦੇਖੀ ਹੋਊਗੀ ਅਤੇ ਬਹੁਤ ਨਿਊਜ਼ ਵੀ ਆ ਰਹੀ ਆ ਕਿ ਕੈਨੇਡਾ ਨੇ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਜਿਹਦੇ ਥਰੂ ਤੁਸੀਂ ਇੰਡੀਆ ਤੋਂ ਕੈਨੇਡਾ ਪੱਕੇ ਤੌਰ ਦੇ ਉੱਤੇ ਆ ਸਕਦੇ ਹੋ। ਸੋ ਅੱਜ ਆਪਾਂ ਇਸੇ ਬਾਰੇ ਗੱਲਬਾਤ ਕਰਾਂਗੇ। ਪਰ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਤੇ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕੀਤਾ, ਛੇਤੀ ਜਾਓ ਫੋਲੋ ਕਰ ਲਵੋ। ਹੁਣ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੀ। ਸੋ ਇਹ ਨਿਊ ਪਾਇਲਟ ਪ੍ਰੋਗਰਾਮ ਆ, ਪਰ ਮੈਂ ਸਾਰਿਆਂ ਨੂੰ ਇਹ ਦੱਸਦੀ ਨੇ ਕਿ ਨਵਾਂ ਪ੍ਰੋਗਰਾਮ ਨਹੀਂ ਹੈਗਾ, ਪ੍ਰੋਗਰਾਮ ਆਲਰੇਡੀ ਚੱਲ ਰਿਹਾ ਸੀਗਾ, ਬਸ ਉਹਦੇ ਵਿੱਚ ਕੁਝ ਚੇਂਜਿਸ ਕੀਤੇ ਹੋਏ ਆ। ਸੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕੇਅਰ ਗਿਵਰ ਦੀ। ਸੋ ਇੱਥੇ ਦੋ ਟਾਈਪ ਦੇ ਕੇਅਰ ਗਿਵਰ ਹੁੰਦੇ ਆ। ਸੋ ਇੱਕ ਤਾਂ ਹੋਮ ਕੇਅਰ ਗਿਵਰ ਸਪੋਰਟ ਹੋ ਗਈ, ਇੱਕ ਚਾਈਲਡ ਕੇਅਰ ਗਿਵਰ ਸਪੋਰਟ ਹੋ ਗਈ। ਆਪਾਂ ਗੱਲ ਕਰਦੇ ਕਿ ਦੋਨਾਂ ਦੇ ਵਿੱਚ ਫਰਕ ਕੀ ਆ। ਜਿਹੜਾ ਤਾਂ ਹੋਮ ਕੇਅਰ ਗਿਵਰ ਸਪੋਰਟ ਹੁੰਦਾ ਉਹਦੇ ਵਿੱਚ ਕੀ ਹੁੰਦਾ ਵਾ ਕਿ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵਿੱਚ ਲਾਈਫ ਬਹੁਤ ਬਿਜ਼ੀ ਆ, ਦੋਨੋਂ ਹਸਬੈਂਡ ਐਂਡ ਵਾਈਫ ਵਰਕਿੰਗ ਹੁੰਦੇ ਆ। ਕਈ ਵਾਰ ਉਹਨਾਂ ਦੇ ਪੇਰੈਂਟਸ ਉਹਨਾਂ ਕੋਲ ਰਹਿੰਦੇ ਆ ਅਤੇ ਪੇਰੈਂਟਸ ਜਿਹੜੇ ਆ ਉਹ ਓਲਡ ਹੁੰਦੇ ਆ ਜਾਂ ਓਕੇ ਨਹੀਂ ਹੁੰਦੇ ਹੈਗੇ, ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ, ਤਾਂ ਆਪਾਂ ਉਹਨਾਂ ਦੇ ਲਈ ਕਿਸੇ ਨੂੰ ਘਰ ਦੇ ਵਿੱਚ ਰੱਖਦੇ ਆ ਕਿ ਇਹ ਸਾਡੇ ਪੇਰੈਂਟਸ ਦੀ ਜਿਹੜੀ ਆ ਉਹ ਟੇਕ ਕੇਅਰ ਕਰਨਗੇ। ਉਹ ਹੁੰਦੇ ਆ ਹੋਮ ਕੇਅਰ ਗਿਵਰ ਸਪੋਰਟ। ਸੈਕਿੰਡ ਹੁੰਦੀ ਆ ਚਾਈਲਡ ਕੇਅਰ ਗਿਵਰ ਸਪੋਰਟ। ਜਦੋਂ ਦੋਨੋਂ ਪੇਰੈਂਟਸ ਵਰਕਿੰਗ ਹੁੰਦੇ ਆ ਅਤੇ ਉਹਨਾਂ ਨੂੰ ਹੁੰਦਾ ਵਾ ਕਿ ਸਾਡੇ ਬੱਚੇ ਦੇ ਕੋਲ ਹਮੇਸ਼ਾ ਕੋਈ ਹੋਵੇ ਜੋ ਉਹਦੀ ਟੇਕ ਕੇਅਰ ਕਰ ਸਕੇ। ਸੋ ਇਹ ਆ ਚਾਈਲਡ ਕੇਅਰ ਗਿਵਰ ਸਪੋਰਟ। ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਇਹਦੀ ਐਲੀਜੀਬਿਲਟੀਜ਼ ਕੀ ਆ ਅਤੇ ਕਿਵੇਂ ਤੁਸੀਂ ਇਸ ਪ੍ਰੋਗਰਾਮ ਦੇ ਥਰੂ ਪੱਕੇ ਤੌਰ ਦੇ ਉੱਤੇ ਕੈਨੇਡਾ ਆ ਸਕਦੇ ਹੋ। ਇਹ ਪ੍ਰੋਗਰਾਮ ਦਾ ਤੁਹਾਨੂੰ ਓਵਰਵਿਊ ਮਿਲ ਚੁੱਕਿਆ ਹੈਗਾ। ਹੁਣ ਮੈਂ ਗੱਲ ਕਰਦਾ ਵੀ ਨਵੇਂ ਚੇਂਜਸ ਕਿਵੇਂ ਆਏ ਆ ਅਤੇ ਪੁਰਾਣੇ 'ਚ ਕੀ ਸੀਗਾ। ਪੁਰਾਣਿਆਂ ਦੇ ਵਿੱਚ ਇਹ ਸੀਗਾ, ਇੱਕ ਤਾਂ ਤੁਹਾਨੂੰ ਆਇਲਸ ਦੇ ਵਿੱਚ 5 ਬੈਂਡ ਸਕੋਰ ਚਾਹੀਦੇ ਸੀ, ਉਸ ਤੋਂ ਬਾਅਦ ਤੁਹਾਨੂੰ ਕੈਨੇਡਾ ਆ ਕੇ 1 ਸਾਲ ਦਾ ਘੱਟ ਤੋਂ ਘੱਟ ਐਕਸਪੀਰੀਅੰਸ ਚਾਹੀਦਾ ਸੀ, ਉਸ ਤੋਂ ਬਾਅਦ ਤੁਸੀਂ ਆਪਣੀ PR ਦੀ ਫਾਈਲ ਲਾ ਸਕਦੇ ਸੀ। ਪਰ ਹੁਣ ਜਿਹੜਾ ਨਵਾਂ ਪ੍ਰੋਗਰਾਮ ਆਇਆ, ਵੈਸੇ ਹਜੇ ਐਕਚੁਅਲ ਦੇ ਵਿੱਚ ਇਹਦਾ ਸਟਰਕਚਰ ਆਉਣਾ ਹੈਗਾ ਵੀ ਇਹਦੇ ਵਿੱਚ ਪ੍ਰੋਪਰ ਹੈ ਕੀ ਆ, ਪਰ ਜੋ ਹੁਣ ਤੱਕ ਉਹਨਾਂ ਨੇ ਚੇਂਜ ਕੀਤਾ ਉਹ ਇਹ ਕੀਤਾ ਕਿ ਇੱਕ ਤਾਂ ਇਹਦੇ ਵਿੱਚ ਜਿਹੜੇ ਬੈਂਡ ਸਕੋਰ ਦੀ ਰਿਕੁਆਇਰਮੈਂਟ ਹੈਗੀ ਉਹ 5 ਤੋਂ ਘਟਾ ਕੇ 4 ਕਰ ਦਿੱਤੀ ਹੈਗੀ। ਉਸ ਤੋਂ ਇਲਾਵਾ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇੱਥੇ ਆ ਕੇ ਐਕਸਪੀਰੀਅੰਸ ਪੂਰਾ ਕਰਨਾ ਪੈਂਦਾ ਸੀ, ਫਿਰ PR ਦੀ ਫਾਈਲ ਤੁਹਾਡੀ ਲੱਗਦੀ ਸੀ। ਪਰ ਹੁਣ ਕੀ ਹੈ, ਜੇਕਰ ਤੁਸੀਂ ਇੰਡੀਆ ਦੇ ਵਿੱਚ ਵੀ ਹੈਗੇ ਹੋਗੇ, ਤੁਸੀਂ ਘੱਟ ਤੋਂ ਘੱਟ +2 ਜਾਂ ਕੋਈ ਡਿਪਲੋਮਾ ਕੀਤਾ ਹੋਇਆ, ਉਸ ਤੋਂ ਬਾਅਦ ਤੁਹਾਡੇ ਕੋਲ ਰੈਲੇਵੈਂਟ ਐਕਸਪੀਰੀਅੰਸ ਹੈਗਾ। ਸੋ ਐਕਸਪੀਰੀਅੰਸ ਹੋਮ ਚਾਈਲਡ ਸਪੋਰਟ ਦੇ ਵਿੱਚ ਹੋਵੇ ਚਾਹੇ ਚਾਈਲਡ ਕੇਅਰ ਸਪੋਰਟ ਦੇ ਵਿੱਚ ਹੋਵੇ, ਸੋ ਇਹਨਾਂ ਦੋਨੋਂ ਕੋਰਟ ਦੇ ਵਿੱਚ ਜੇਕਰ ਤੁਹਾਡੇ ਕੋਲ ਉੱਥੇ ਘੱਟ ਤੋਂ ਘੱਟ 1 ਸਾਲ ਦਾ ਐਕਸਪੀਰੀਅੰਸ ਹੈਗਾ,
ਤਾਂ ਜੇਕਰ ਤੁਹਾਨੂੰ ਕੈਨੇਡਾ ਤੋਂ ਜੋਬ ਆਫਰ ਮਿਲਦਾ, ਜੋਬ ਆਫਰ ਮਤਲਬ ਕਿ ਤੁਹਾਨੂੰ ਇੱਥੇ ਐਕਚੁਅਲ ਦੇ ਵਿੱਚ ਕਿਸੇ ਨੂੰ ਲੋੜ ਆ ਘਰ ਦੇ ਵਿੱਚ, ਕਿਸੇ ਦੇ ਘਰ ਦੇ ਵਿੱਚ ਬਜ਼ੁਰਗ ਨੇ, ਉਹਨਾਂ ਨੇ ਟੇਕ ਕੇਅਰ ਦੇ ਲਈ ਕਿਸੇ ਬੰਦੇ ਨੂੰ ਹਾਇਰ ਕਰਨਾ ਗਾ, ਜਾਂ ਕਿਸੇ ਦੇ ਘਰ ਛੋਟਾ ਬੇਬੀ ਆ ਉਹਨਾਂ ਨੇ ਬੇਬੀ ਦੀ ਕੇਅਰ ਦੇ ਲਈ ਕਿਸੇ ਨੂੰ ਹਾਇਰ ਕਰਨਾ ਗਾ, ਤਾਂ ਉਹ ਤੁਹਾਨੂੰ ਜੋਬ ਆਫਰ ਪ੍ਰੋਵਾਈਡ ਕਰ ਸਕਦੇ ਆ। ਬਟ ਜੋਬ ਆਫਰ ਹਰ ਇੱਕ ਬੰਦਾ ਨਹੀਂ ਪ੍ਰੋਵਾਈਡ ਕਰ ਸਕਦਾ। ਜੋਬ ਆਫਰ ਨੂੰ ਅਪਰੂਵ ਕਰਵਾਉਣ ਦੇ ਲਈ ਪਹਿਲਾਂ ਤੁਹਾਨੂੰ ਐਲੀਜੀਬਿਲਟੀ ਦੇ ਥਰੂ ਜਾਣਾ ਪਊਗਾ ਵੀ ਵਾਕਈ ਇਸ ਬੰਦੇ ਨੂੰ ਲੋੜ ਹੈਗੀ ਆ, ਕਿੰਨੀ ਇਹ ਸੈਲਰੀ ਦੇ ਰਿਹਾ ਗਾ, ਉਸ ਤੋਂ ਬਾਅਦ ਉਹਦੀ ਫਾਈਨੈਂਸ਼ੀਅਲ ਸਿਚੁਏਸ਼ਨ ਕਿੱਦਾਂ ਦੀ ਆ, ਕੀ ਇਹ ਸੈਲਰੀ ਦੇ ਪਾਊਗਾ, ਉਸ ਤੋਂ ਬਾਅਦ ਤੁਹਾਡਾ ਜੋਬ ਆਫਰ ਜਿਹੜਾ ਅਪਰੂਵ ਹੋਊਗਾ, ਉਹ ਜੋਬ ਆਫਰ ਦੀ ਤੁਹਾਨੂੰ ਲੋੜ ਪੈਣੀ ਹੈ ਇੰਡੀਆ। ਜੇ ਤੁਹਾਡੇ ਕੋਲ ਜੋਬ ਆਫਰ ਹੈਗਾ ਫਿਰ ਤੁਸੀਂ ਕੈਨੇਡਾ ਦੇ ਵਿੱਚ PR ਦੇ ਤੌਰ 'ਤੇ ਆ ਸਕਦੇ ਹੋ। ਇੱਥੇ ਆ ਕੇ ਕਰਨਾ ਕੀ ਆ, ਉਹੀ ਤੁਸੀਂ ਜਦੋਂ ਇੱਥੇ ਆ ਗਏ ਤਾਂ ਤੁਹਾਡੀ PR ਦੇ ਵਿੱਚ ਜਿਹੜੀ ਫਾਈਲ ਲੱਗ ਜਾਣੀ ਆ, ਅਤੇ ਤੁਸੀਂ ਵਿਦ ਇਨ ਟਾਈਮ ਪੀਰੀਅਡ ਦੇ ਵਿੱਚ ਤੁਸੀਂ PR ਹੋ ਜਾਣਾ। ਸੋ ਸੌਖਾ ਇਹਦੇ ਲਈ ਇਹ ਹੋਇਆ ਗਾ ਵੀ ਬਸ ਜਿਹੜੇ ਬੰਦੇ ਕੋਲ ਇੰਡੀਆ ਦੇ ਵਿੱਚ ਐਕਸਪੀਰੀਅੰਸ ਹੈਗਾ, ਤੁਸੀਂ ਇੱਥੇ ਇਸ ਆਪਣੀ ਜੋਬ ਕੈਟਾਗਰੀ ਦੇ ਵਿੱਚ ਤੁਸੀਂ ਵਾਕਈ ਕੰਮ ਕੀਤਾ, ਤਾਂ ਸੌਖੇ ਤਰੀਕੇ ਦੇ ਨਾਲ ਇੱਥੇ PR ਹੋ ਸਕਦੇ ਹੋ। ਬਹੁਤ ਲੋਕਾਂ ਦਾ ਸਵਾਲ ਹੁੰਦਾ ਗਾ ਜੀ ਜੋਬ ਆਫਰ ਨਹੀਂ ਮਿਲਦਾ। ਦੇਖੋ ਜਿਹੜਾ ਜੋਬ ਆਫਰ ਹੁੰਦਾ, ਜਾਂ ਤੁਹਾਨੂੰ ਥੋੜ੍ਹਾ ਕੋਈ ਰੈਲੇਟਿਵ ਵੀ ਹੈਗਾ ਗਾ ਉਹ ਵੀ ਤੁਹਾਨੂੰ ਦੇ ਸਕਦਾ, ਬਟ ਉਹ ਰੈਲੇਟਿਵ ਕੈਪੇਬਲ ਹੋਣਾ ਚਾਹੀਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਵਾਕਈ ਉਹਦਾ ਜੋਬ ਆਫਰ ਅਪਰੂਵ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਹਾਨੂੰ ਕੋਈ ਹੋਰ ਬੰਦਾ ਜੋਬ ਆਫਰ ਦੇ ਰਿਹਾ, ਤੁਸੀਂ ਉਹਦੇ ਤੋਂ ਵੀ ਉਹਦੇ ਥਰੂ ਵੀ ਮਤਲਬ ਕਿ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋਗੇ। ਬਾਕੀ ਜਿਹੜੀਆਂ ਇਹਦੀਆਂ ਗਾਈਡਲਾਈਨਸ ਨੇ, ਇਹਦੀਆਂ ਕੀ ਰਿਕੁਆਇਰਮੈਂਟਸ ਨੇ ਪ੍ਰੋਪਰ, ਹਜੇ ਅੱਗੇ ਜਾ ਕੇ ਆਉਣੀਆਂ ਨੇ। ਗਵਰਨਮੈਂਟ ਨੇ ਇਹ ਚੀਜ਼ ਅਨਾਊਂਸ ਕੀਤੀ ਹੈ ਕਿ 2024 ਤੋਂ ਲੈ ਕੇ 2026 ਦੇ ਵਿੱਚ ਉਹਨਾਂ ਨੇ 15,000 ਕੇਅਰ ਗਿਵਰਸ ਜਿਹੜੀ ਆ ਉਹ PR ਦੇਣੀਆਂ। ਸੋ ਗਵਰਨਮੈਂਟ ਦੇ ਇਹੋ ਜਿਹੇ ਬਹੁਤ ਸਾਰੇ ਪ੍ਰੋਗਰਾਮਸ ਆ ਜਿਨ੍ਹਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ। ਜ਼ਰੂਰੀ ਨਹੀਂ ਕਿ ਕੈਨੇਡਾ ਆਉਣ ਦੇ ਲਈ ਤੁਹਾਨੂੰ ਸਟੱਡੀ ਵੀਜ਼ੇ ਦੀ ਲੋੜ ਆ, ਜਾਂ ਤੁਸੀਂ ਕਿਸੇ ਨਾਲ ਵਿਆਹ ਕਰਵਾ ਕੇ ਕੈਨੇਡਾ ਆਉਣਾ ਵਾ। ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਆ ਬਟ ਆਪਾਂ ਕਦੇ IRCC ਦੀ ਸਾਈਟ 'ਤੇ ਜਾ ਕੇ ਚੈੱਕ ਹੀ ਨਹੀਂ ਕੀਤਾ। ਜੇ ਆਪਾਂ PR ਪ੍ਰੋਗਰਾਮ ਦੀ ਵੀ ਗੱਲ ਕਰੀਏ, ਆਪਾਂ ਤੁਹਾਨੂੰ ਵਾਰ ਵਾਰ ਕਹਿੰਦੇ ਹਾਂ ਕਿ ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮ ਆ, ਪ੍ਰੋਵਿੰਸਿਸ ਵੀ ਹੈਗੀਆਂ ਵਾ ਜਿਹੜੀਆਂ ਤੁਹਾਨੂੰ ਈਜ਼ੀਲੀ PR ਦਿੰਦੀਆਂ ਵਾ। ਬਸ ਇਹ ਹੈ ਕਿ ਆਪਾਂ ਕਦੇ ਸਰਚ ਹੀ ਨਹੀਂ ਕੀਤਾ ਜਾਂ ਆਪਾਂ ਕਦੇ ਟਾਈਮ ਹੀ ਨਹੀਂ ਦਿੱਤਾ ਆਪਣੇ ਆਪ ਨੂੰ ਕਿ ਮੈਂ ਐਕਸਪਲੋਰ ਕਰਾਂ ਹੋਰ ਪ੍ਰੋਵਿੰਸਾਂ ਨੂੰ, ਉੱਥੇ ਕੀ ਪ੍ਰੋਗਰਾਮਸ ਚੱਲਦੇ ਆ ਅਤੇ ਮੈਂ ਕਿਹੜੇ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਹੁੰਦਾ ਵਾ। ਸੋ ਇਹ ਕੇਅਰ ਗਿਵਰ ਪ੍ਰੋਗਰਾਮ ਇੱਕ ਵਧੀਆ ਆਪਸ਼ਨ ਆ, ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਡਾਇਰੈਕਟ ਹੈ ਨਾ ਇੱਥੇ PR ਆ ਜਾਵੋ, ਉਹਦਾ ਤੁਹਾਨੂੰ ਫਾਇਦਾ ਇਹ ਹੋਊਗਾ ਕਿ ਤੁਹਾਨੂੰ ਇੱਕ ਜੋਬ ਵੀ ਵਧੀਆ ਮਿਲ ਜੂਗੀ। ਬਾਕੀ ਜੇ ਆਪਾਂ ਸਟੱਡੀ ਵੀਜ਼ੇ 'ਤੇ ਆਉਂਦੇ ਹਾਂ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਸਟੱਡੀ ਵੀਜ਼ਾ ਬਹੁਤ ਜ਼ਿਆਦਾ ਕੋਸਟਲੀ ਆ। ਸੋ ਉਹੀ ਪੈਸੇ ਬਚਾ ਕੇ ਤੁਸੀਂ ਇਸ ਪ੍ਰੋਗਰਾਮ ਦੇ ਥਰੂ ਇੱਥੇ ਆ ਸਕਦੇ ਹੋ ਅਤੇ ਇੱਥੇ ਆਪਣੀਆਂ ਹੋਰ ਓਪਰਚੁਨਿਟੀਜ਼ ਵੀ ਦੇਖ ਸਕਦੇ ਹੋ। ਬਾਕੀ ਇਮੀਗ੍ਰੇਸ਼ਨ ਦੀਆਂ ਹੋਰ ਅਪਡੇਟਸ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਵੋ। ਇੰਸਟਾਗ੍ਰਾਮ, ਯੂਟਿਊਬ ਆਪਾਂ ਮੈਂਸ਼ਨ ਕਰ ਦਿੰਦੇ ਹਾਂ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।